इसरो ने आंध्र प्रदेश के श्री हरिकोटा तो सार्क देशों के उपग्रह GS-18-9 नूं रवाना किया है। उपग्रह नूं कल शामी तकरीबन 4:45 बजे श्री हरिकोटा दे विच सतीश धवन उपग्रह केंद्र तो लॉन्च किया गया। यह उपग्रह सार्क देशों के विचाले संचार दे विच अहम भूमिका निभावेगा। इसरो वालों आंध्र प्रदेश के श्री हरिकोटा तो सार्क देशों का उपग्रह लॉन्च करन तो बाद प्रधानमंत्री मोदी ने उपग्रह नूं सफलतापूर्वक लॉन्च करन ते विज्ञानियों नूं ਵਧਾਈ ਦਿੱਤੀ। ਉਹਨਾਂ ਆਖਿਆ ਕਿ ਉਪਗ੍ਰਹਿ ਦੇ ਨਾਲ ਦੱਖਣੀ ਏਸ਼ੀਆਈ ਦੇਸ਼ਾਂ ਨੂੰ ਲਾਭ ਹੋਵੇਗਾ। ਇਸ ਉਪਗ੍ਰਹਿ ਦਾ ਨਿਰਮਾਣ ਇਸਰੋ ਵੱਲੋਂ ਕੀਤਾ ਗਿਆ ਹੈ ਅਤੇ 7 ਦੇਸ਼ਾਂ ਦਾ ਇਸ ਦੇ ਵਿੱਚ ਯੋਜਨਾ ਦੇ ਵਿੱਚ ਉਸਦਾ ਹਿੱਸਾ ਲਿਆ। ਪਾਕਿਸਤਾਨ ਇਸ ਯੋਜਨਾ ਤੋਂ ਬਾਹਰ ਰਿਹਾ ਸੀ। ਪਾਕਿਸਤਾਨ ਦਾ ਕਹਿਣਾ ਹੈ ਕਿ ਉਹ ਆਪਣਾ ਖੁਦ ਦਾ ਉਪਗ੍ਰਹਿ ਲਾਂਚ ਕਰਨਾ ਚਾਹੁੰਦਾ ਹੈ। 235 ਕਰੋੜ ਰੁਪਏ ਦੀ ਲਾਗਤ ਵਾਲੇ ਮਿਸ਼ਨ ਦਾ ਜੀਵਨ ਕਾਲ 12 ਸਾਲ ਦਾ ਹੈ। ਇਸ ਦਾ ਮੁੱਖ ਉਦੇਸ਼ ਏਸ਼ੀਆਈ ਦੇਸ਼ਾਂ ਦੇ ਵਿੱਚ ਸੂਚਨਾਵਾਂ ਮੁਹੱਈਆ ਕਰਵਾਉਣਾ ਹੈ। ਮਈ 2014 ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਵਿਗਿਆਨੀਆਂ ਨੂੰ ਅਜਿਹਾ ਸਾਰਕ ਉਪਗ੍ਰਹਿ ਬਣਾਉਣ ਦੇ ਲਈ ਵੀ ਆਖਿਆ ਸੀ। ਐਡਵਾਂਸ ਸਪੇਸ ਟੈਕਨੋਲੋਜੀ ਫਾਰ ਦਾ ਕੌਜ਼ ਆਫ ਗਰੋਥ ਐਂਡ ਪ੍ਰੋਸਪਰਿਟੀ ਆਫ ਆਵਰ ਬ੍ਰਦਰਸ ਐਂਡ ਸਿਸਟਰਸ ਇਨ ਸਾਊਥ ਏਸ਼ੀਆ। ਦ ਸਕਸੈਸਫੁਲ ਲਾਂਚ ਆਫ ਦ ਸਾਊਥ ਏਸ਼ੀਆ ਸੈਟੇਲਾਈਟ ਮਾਰਕਸ ਦ ਫੁਲਫਿਲਮੈਂਟ ਆਫ ਦੈਟ। With this launch, we have started our journey to build the most advanced frontier of our partnership.